ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਟਰੈਕਟਰ ਪੁਆਇੰਟ ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਜੀ ਦੋਸਤੋ। ਬਲਾਸਟ MTZ 50 ਟਰੈਕਟਰ ਓਲਡ ਮਾਡਲ ਅਤੇ ਪਿੱਛੇ 54 ਵਾਲਾ ਰੂਟਾਵੈਟਰ ਫੈਸਲਾਬਾਦ ਦਾ ਬਣਿਆ ਹੋਇਆ, ਨਵੇਂ 0 ਮੀਟਰ ਬਲੇਡ ਅਤੇ ਇੱਕ ਏਕੜ ਥਾਂ ਵਾ ਜਿਹਦੇ ਵਿੱਚ ਕਹਿ ਲਓ ਕਿ ਰੂਟਰ ਚੱਲ ਰਿਹਾ ਵਾ। ਪਰਫੋਰਮੈਂਸ ਆਪਾਂ ਤੁਹਾਨੂੰ ਸ਼ੇਅਰ ਕਰਨ ਲੱਗੇ ਹਾਂ ਜੀ ਰੂਟਰ ਅਤੇ ਟਰੈਕਟਰ ਦੀ। ਕਮੈਂਟ ਕਰਕੇ ਲਾਜ਼ਮੀ ਦੱਸਣਾ ਜੀ ਕਿੱਦਾਂ ਦੀ ਵੀਡੀਓ ਲੱਗੀ ਤੁਹਾਨੂੰ। 0 ਮੀਟਰ ਬਲੇਡ ਹੈ, ਕਹਿ ਲਓ ਕਿ ਦੁਬਾਰਾ ਇਹਦਾ ਦੀ ਬਲੇਡ ਬਦਲੇ ਆ ਜੀ, ਆਪਾਂ ਤੁਹਾਨੂੰ ਚੈੱਕ ਕਰਵਾ ਦਿੰਦੇ ਹਾਂ। ਸ਼ਾਫਟ ਚੱਲ ਰਹੀ ਹੈ ਜੀ ਅਤੇ ਆਹ ਥਾਂ ਵਾ ਜੀ ਜਿਹਨੂੰ ਬਾਹਰ ਇਸ ਏਕੜ ਦੇ ਵਿੱਚ ਕਹਿ ਲਓ ਕਿ ਪਹਿਲੇ ਕਰੀ ਫਾਲਿਆਂ ਦੀ ਸੀ ਲੱਗੀ ਹੈ ਜੀ ਅਤੇ ਕਮਾਦ ਦਾ ਵੱਢ ਸਕਾ ਜੀ ਹੈ। ਕਮਾਦ ਦੇ ਤੁਸੀਂ ਦੇਖ ਸਕਦੇ ਹੋ ਵਿੱਚ ਬੂਟੇ ਕਿਤੇ ਕਿਤੇ ਉੱਗੇ ਆ ਜੀ। ਇਹ 6-4 ਜਿਹਾ ਕਮਾਦ ਹੋਇਆ ਸੀਗਾ ਜੀ, ਇਸ ਕਰਕੇ ਇਹਨੂੰ ਵਾਹ ਦਿੱਤਾ ਉਹਨਾਂ ਨੇ ਜੀ ਅਤੇ ਹੁਣ ਕਹਿ ਲਓ ਕਿ ਇਹਦੇ ਵਿੱਚ ਰੂਟਰ ਚਲਾਉਣ ਲੱਗੇ ਆ ਜੀ। ਮਿੱਟੀ ਬਰੀਕ ਕਰਨੀ ਹੈ, ਜ਼ਮੀਨ ਦੀ ਤਿਆਰੀ ਹੋ ਰਹੀ ਹੈ ਜੀ ਕਣਕ ਵਾਸਤੇ ਕਹਿ ਲਓ ਕਿ ਐਡਵਾਂਸ। ਸਕਦੇ ਹਾਂ ਜੀ ਜਿੰਨੀ ਮਿੱਟੀ ਬਰੀਕ ਹੋਈ ਹੈ ਅਤੇ ਛੱਟ ਗੱਲ ਦਓ ਬਿਹਤਰੀਨ ਕਤਰਾਈ ਹੈ ਕਹਿ ਲਓ ਕਿ ਪਾਊਡਰ ਟੈਪ ਬਣਾ ਦਿੱਤੀ ਹੈ ਮਿੱਟੀ ਰੂਟਰ ਨੇ ਅਤੇ ਉੱਤੋਂ ਫਿਰ ਕਹਿ ਲਓ ਕਿ ਬਲਾਸਟ ਟਰੈਕਟਰ ਆ, PTO ਦਾ ਵੀ ਹੀਰੋ ਆ ਜੀ। ਫੁੱਲ ਕਹਿ ਲਓ ਕਿ ਖੁਸ਼ਕ ਵੱਢ ਵਾ, ਸੁੱਕਾ ਵੱਢ ਵਾ ਅਤੇ ਧੂੜ ਫੁੱਲ ਹੋ ਰਹੀ ਹੈ ਜੀ ਘੱਟਾ ਮਿੱਟੀ।
ਦੇਖ ਸਕਦੇ ਹਾਂ ਤੁਸੀਂ ਬਲੇਡ ਜੀ, ਨਵੇਂ ਬਲੇਡ ਹੈ ਕਹਿ ਲਓ ਕਿ, ਇੱਕ ਦੋ ਦਫ਼ਾ ਪਹਿਲੇ ਇਹਦੇ ਨਾਲ ਕਹਿ ਲਓ ਕਿ ਕਤਰਾਈ ਕੀਤੀ ਹੈ, ਅਤੇ ਅੱਛੇ ਬਲੇਡ ਇਹਨੂੰ ਪਾਏ ਆ ਜੀ ਰੂਟਰ ਨੂੰ, 54 ਵਾਲਾ ਰੂਟਾਵੇਟਰ ਆ ਜੀ, ਤੁਸੀਂ ਦੇਖ ਸਕਦੇ ਜੀ ਸੁਪਰੀਮ ਵਾਲਿਆਂ ਦਾ ਰੂਟਾਵੇਟਰ ਆ ਜੀ, ਫੈਸਲਾਬਾਦ ਦਾ ਬਣਿਆ ਹੋਇਆ। ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਹੌਸਲਾ ਅਫਜ਼ਾਈ ਹੋ ਜਾਂਦੀ ਔਰ ਵੀਡੀਓ ਨੂੰ ਲਾਜ਼ਮੀ ਵਾਚ ਕਰਿਆ ਕਰੋ ਜੀ, ਅਤੇ ਬਹੁਤ ਸ਼ੁਕਰੀਆ, ਅੱਲਾ ਹਾਫਿਜ਼, ਥੈਂਕ ਯੂ ਫਾਰ ਵਾਚ ਟਰੈਕਟਰ ਪੁਆਇੰਟ।